ਧੰਨ ਗੁਰੂ ਅਮਰਦਾਸ ਜੀ ਦੇ ਪਾਸ ਕੋਈ ਪ੍ਰੇਮੀ ਆਇਆ, ਕਹਿੰਦੇ ਮਹਾਰਾਜ ਅਮਕੇ ਸਿੱਖ ਨੂੰ ਭੂਤ ਚੰਬੜਿਆ ਲੱਗਾ ਹੋਇਆ, ਵਿਆਪਿਆ ਹੋਇਆ, ਪੁਰਾਣੀ ਬੋਲੀ ਆ ਇਹ। ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ ਤਾਂ ਇਹਨੂੰ ਭੂਤ ਲੱਗੇ ਹੈ। ਇਹਨੂੰ ਕਹੋ ਜਪਜੀ ਸਾਹਿਬ ਦਾ ਪਾਠ ਕਰਿਆ ਕਰੇ, ਕੋਈ ਭੂਤ ਨੇੜੇ ਨਹੀਂ ਆਏਗਾ। ਤੋ ਭਾਈ ਇਉਂ ਉਹਨਾਂ ਨੂੰ ਇਹ ਨਹੀਂ ਵਿਆਪਦੇ, ਨਹੀਂ ਲੱਗਦੇ ਹਨ। ਸਾਗਰ ਤਰਿਆ ਸਾਧੂ ਸੰਗੇ, ਸਤਿਗੁਰੂ ਇੱਥੇ ਸਤਿਗੁਰੂ ਦਾ ਵਾਚਕ ਹੈ। ਸਾਧੂ ਸ਼ਬਦ ਗੁਰਸਿੱਖਾਂ ਲਈ ਵੀ, ਮਹਾਂਪੁਰਖਾਂ ਲਈ ਵੀ ਹੈ, ਪਰ ਇੱਥੇ ਸਤਿਗੁਰੂ ਲਈ ਹੈ। ਇਹ ਸੰਸਾਰ ਭੌਜਲ ਜਿਹੜਾ ਸਾਗਰ ਹੈ ਨਾ, ਇਹ ਸਾਧੂ ਸ੍ਰੇਸ਼ਟ ਸਤਿਗੁਰਾਂ ਦੀ ਸੰਗਤ ਕਰਨ ਨਾਲ ਇਸ ਤੋਂ ਸੌਖਾ ਤਰ ਜਾਈਦਾ ਹੈ। ਨਿਰਭਉ ਨਾਮ ਜਪੋ ਹਰ ਰੰਗੇ, ਇਹ ਗੁਰਸਿੱਖ ਹਰੀ ਦਾ ਰੰਗ ਪ੍ਰੇਮ ਹਿਰਦੇ ਵਿੱਚ ਵਸਾ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਕੀ ਹੋਏਗਾ ਜੀ, ਨਿਰਭੈਤਾ ਪ੍ਰਾਪਤ ਹੋ ਜਾਏਗੀ। ਦੁੱਖ ਆਉਂਦਾ ਮਨ ਨਹੀਂ ਡੋਲਦਾ, ਘਬਰਾਉਂਦਾ ਨਹੀਂ, ਇਹੀ ਨਿਰਭੈਤਾ ਨਾ। ਵੱਡੇ ਵੱਡੇ ਕਸ਼ਟ ਮੁਸੀਬਤਾਂ ਆਉਂਦੀਆਂ, ਮਨ ਡੋਲਦਾ ਨਹੀਂ, ਘਬਰਾਉਂਦਾ ਨਹੀਂ, ਇਹ ਨਿਰਭੈਤਾ ਹੀ ਹੈ ਨਾ। ਇਸ ਕਰਕੇ ਮਨ ਅਡੋਲਤਾ ਨੂੰ ਪ੍ਰਾਪਤ ਕਰ ਜਾਂਦਾ, ਇਸ ਕਰਕੇ ਇਹਦਾ ਇਹ ਫਲ ਹੈ। ਪ੍ਰੇਮ ਦੇ ਨਾਲ ਬਾਣੀ ਪੜ੍ਹੀ, ਪ੍ਰੇਮ ਨਾਲ ਸੇਵਾ ਕਰਦੀ। ਭਾਈ ਵੀਰ ਸਿੰਘ ਜੀ ਨੇ ਲਿਖਿਆ ਵੀ ਪ੍ਰੇਮ ਦੀ ਨਿਸ਼ਾਨੀ ਕੀ ਹੈ, ਜਦੋਂ ਕਹਿੰਦੇ ਸਮੇਂ ਦੀਆਂ ਵਿੱਥਾਂ ਮਿਟ ਜਾਣ। ਘੜੀ ਵੱਲ ਦੇਖੀ ਜਾਂਦਾ, ਨਿਤਨੇਮ ਕਰਦਿਆਂ ਨੂੰ 15 ਮਿੰਟ ਹੋ ਗਏ, ਟਾਈਮ ਹੀ ਨਹੀਂ ਮੁੱਕਦਾ। ਪਰ ਇੱਕ ਦਿਨ 15 ਮਿੰਟ ਦੀ ਥਾਂ 'ਤੇ 150 ਮਿੰਟ ਲੱਗ ਗਿਆ, ਪਤਾ ਹੀ ਨਹੀਂ ਲੱਗਾ। ਇਹ ਹੈ ਪ੍ਰੇਮ। ਪ੍ਰੇਮ ਪ੍ਰੇਮ ਇਸ ਤਰ੍ਹਾਂ ਪੂਰਨ ਪ੍ਰੇਮ ਪ੍ਰਤੀਤ ਸਜਾ, ਇਉਂ ਭਾਈ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਹੈ, ਰੰਗ ਚੜ੍ਹ ਜਾਂਦਾ ਹਰੀ ਦਾ ਨਾਮ ਦਾ। ਪਰ ਧਨ ਦੁੱਖ ਕਿਛ ਪਾਪ ਨਾ ਫੇੜੇ, ਉਹਨਾਂ ਉੱਤੇ ਵੀ ਇਹਨਾਂ ਪਾਪਾਂ ਦਾ ਕੋਈ ਅਸਰ ਨਹੀਂ ਹੁੰਦਾ। ਪਰਾਇਆ ਧਨ ਚੁਰਾਉਣਾ, ਪਰਾਇਆ ਧਨ ਕਿਸੇ ਨਾਲ ਠੱਗੀ ਠੋਰੀ ਕਰਨੀ, ਔਰ ਦੋਸ਼ ਕਲੰਕ, ਪਰਾਇਆ ਰੂਪ ਤੱਕਣਾ, ਇਹ ਜਿਹੜੇ ਪਾਪ ਹੈ ਨਾ, ਉਹਨਾਂ ਨੂੰ ਫੇੜੇ ਲੱਗਦੇ ਨਹੀਂ, ਉਹਨਾਂ ਦੇ ਨੇੜੇ ਨਹੀਂ ਆਉਂਦੇ, ਇੰਨੀ ਉਹਨਾਂ ਦੀ ਦੇਹ ਨਿਰਮਲ ਅਤੇ ਪਵਿੱਤਰ ਹੋ ਜਾਂਦੀ ਹੈ ਇਹਨਾਂ ਪਾਪਾਂ ਤੋਂ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਆਗਰਵਾਸ ਧਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਮੱਤ ਵਿਗਾਸ। ਨਾਮ ਜਪਣ ਵਾਲੇ ਮਹਾਂਪੁਰਖ ਦੀ ਦੇਹ ਕੇਸਰ ਵਾਂਗੂ ਪਵਿੱਤਰ ਹੋ ਜਾਂਦੀ ਹੈ, ਜਿਵੇਂ ਕੇਸਰ ਮਹਿਕਦਾ ਨਾ, ਸ਼ੁੱਧ ਹੈ, ਨਿਰਮਲ ਹੈ। ਇਹ ਉਹਦੇ ਜੀਵਨ ਵਿੱਚੋਂ ਭਗਤੀ ਦੀ ਮਹਿਕ ਆਉਂਦੀ ਹੈ। ਕੁੰਗੂ ਕੀ ਕਾਇਆ, ਕੇਸਰ ਵਰਗੀ ਕਾਇਆ ਬਣ ਜਾਂਦੀ ਹੈ। ਰਤਨਾ ਕੀ ਲਲਤਾ, ਮੋਤੀਆਂ ਵਰਗੀ ਉਹਦੀ ਲਲਤਾ ਰਸਨਾ, ਜਦੋਂ ਬੋਲ ਬਚਨ ਆਪਣੀ ਰਸਨਾ ਤੋਂ ਕੱਢਦਾ, ਸਭ ਦੇ ਹਿਰਦਿਆਂ ਵਿੱਚ ਠੰਡ ਵਰਤਾ ਦਿੰਦਾ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾ, ਉਹਦੇ ਜਿਹੜੇ ਸਵਾਸ ਹੈ ਨਾ, ਉਹਨਾਂ ਸਵਾਸਾਂ ਵਿੱਚੋਂ ਅਗਰ ਦੀ ਮਹਿਕ ਖੁਸ਼ਬੋ, ਚੰਦਨ ਦੀ ਖੁਸ਼ਬੋ ਮਹਿਕ ਸੁਗੰਧੀ ਆਉਂਦੀ ਹੈ। 68 ਤੀਰਥ ਕਾ ਮੁੱਖ ਟਿੱਕਾ, ਉਹਦਾ ਮੁੱਖ ਇੰਨਾ ਪਵਿੱਤਰ ਹੋ ਗਿਆ, ਇੰਨਾ ਉੱਜਲ ਹੋ ਗਿਆ ਕਿ 68 ਤੀਰਥ ਵੀ ਇੰਨੇ ਉੱਜਲ ਨਹੀਂ, ਪਵਿੱਤਰ ਨਹੀਂ, ਜਿੰਨਾ ਉਹਦਾ ਮੁੱਖ ਪਵਿੱਤਰ ਹੋ ਗਿਆ। ਉਹਦਾ ਮਸਤਕ ਪਵਿੱਤਰ ਹੋ ਗਿਆ, ਤਿਤ ਘੱਟ ਮੱਤ ਵਿਗਾਸ, ਉਹਦੇ ਘੱਟ ਹਿਰਦੇ ਵਿੱਚ ਆਨੰਦ ਦੀ ਆਨੰਦ, ਵਿਸਮਾਦ ਦੀ ਵਿਸਮਾਦ ਨਾਲ ਉਹਦਾ ਹਿਰਦਾ ਭਰਿਆ ਬੈਠਾ ਹੈ, ਭਰਿਆ ਪਿਆ ਹੈ।